ਮਹੱਲਾ ਪਹਿਲਾ ਹਰਨਾ ਬਾਜਾਂ ਤੈ ਸਿੱਖਦਾਰਾਂ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਿੱਖਾਂ ਨੂੰ ਪੁੱਛਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਪੜ੍ਹੇ ਹੋਏ ਵਿਦਵਾਨ ਤਾਂ ਚੰਗੇ ਹੋਣਗੇ, ਤਾਂ ਗੁਰੂ ਮਹਾਰਾਜ ਸਾਹਿਬ ਕਹਿੰਦੇ ਜਮਾਨੇ ਨੇ ਪੜ੍ਹਿਆ ਨੂੰ ਵੀ ਖਰਾਬ ਕਰ ਦਿੱਤਾ ਹੈ, ਉਹ ਪੜ੍ਹੇ ਹੋਏ ਵੀ ਇਹ ਜੇ ਆ। ਸੁਣੋ ਮਹਾਰਾਜ ਕਹਿੰਦੇ ਹਨ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਜੀ ਕਰਤਾਰਪੁਰ ਸਾਹਿਬ ਵਿੱਚ ਬੈਠੇ ਸੰਗਤਾਂ ਨੂੰ ਉਪਦੇਸ਼ ਦੇ ਰਹੇ ਹਨ। ਹਰਨਾ ਬਾਜਾਂ ਤੈ ਸਿੱਖਦਾਰਾਂ, ਫਿਰ ਭਾਈ ਜਿਹੜੇ ਹਰਨ ਸਿਖਾਏ ਹੁੰਦੇ ਨੇ ਸ਼ਿਕਾਰੀਆਂ ਦੇ ਅਤੇ ਬਾਜ ਸਿਖਾਏ ਹੁੰਦੇ ਆ ਸ਼ਿਕਾਰੀਆਂ ਦੇ ਜਿਹੜੇ, ਤੇ ਇਸੇ ਤਰ੍ਹਾਂ ਸਿੱਖਦਾਰ ਜਿਹੜੇ ਥਾਣੇਦਾਰ ਜਾਂ ਸਰਦਾਰੀ ਕਰਨ ਵਾਲੇ ਹੁੰਦੇ ਗੌਰਮੈਂਟਾਂ ਦੇ ਆਦਮੀ, ਇਹਨਾਂ ਪੜ੍ਹਿਆ ਨਾ, ਇਹਨਾਂ ਦਾ ਨਾਂ ਪੜ੍ਹਿਆ ਕਹੀਦਾ ਨਾ ਵੀ ਉਹ ਬੜੇ ਵਿਦਵਾਨ ਹੁੰਦੇ, ਬੜੇ ਪੜ੍ਹੇ ਹੁੰਦੇ, ਸਿਆਣੇ ਹੁੰਦੇ ਆ। ਖਾਂਦੀ ਲੱਗੀ ਜਾਤ ਫਹਾਏ ਨੂੰ, ਉਹ ਜਿਹੜੇ ਹਰਨ ਰੱਖੇ ਹੁੰਦੇ ਆ ਨਾ ਉਹਨਾਂ ਦੇ ਪੜ੍ਹਾਏ ਹੋਏ ਸ਼ਿਕਾਰੀਆਂ ਦੇ, ਉਹ ਜਿੱਥੇ ਹਰਨਾਂ ਦੀ ਡਾਰ ਹੁੰਦੀ ਉੱਥੇ ਉਹਨੂੰ ਛੱਡ ਦਿੰਦੇ ਆ ਜਾ ਕੇ, ਜਿੱਥੇ ਫਾਹੀ ਲੱਗੀ ਹੁੰਦੀ ਹੈ ਪਹਿਲਾਂ ਉਹ ਸਾਰੀ ਡਾਰ ਭੱਜਦੀ ਵੇਖ ਕੇ ਆਪ ਅੱਗੇ ਹੋ ਕੇ ਭੱਜ ਲੈਂਦੇ ਆ, ਜਿੱਧਰ ਫਾਹੀ ਲੱਗੀ ਨਹੀਂ ਉੱਥੇ ਆਪ ਜਾ ਫਸਦੇ ਆ ਤੇ ਜਾਤ ਭਾਈਆਂ ਨੂੰ ਨਾਲ ਫਸਾ ਦਿੰਦੇ ਆ। ਇਸੇ ਪ੍ਰਕਾਰ ਜਿਹੜੇ ਬਾਜ ਕੈਦੀ ਹੁੰਦੇ ਆ ਤਾਮਾ ਖਾਣ ਗਿਜੇ ਹੋਏ, ਉਹ ਸ਼ਿਕਾਰੀਆਂ ਦੇ ਰੱਖੇ ਹੋਏ, ਜਿੱਥੇ ਬਾਜ ਜਿਸ ਬਣ ਵਿੱਚ ਹੁੰਦੇ ਆ ਉੱਥੇ ਜਾ ਕੇ ਉਹਨੂੰ ਛੱਡ ਦਿੰਦੇ ਆ, ਉਹ ਬਾਜ ਸ਼ਿਕਾਰੀਆਂ ਦੇ ਆ ਕੇ ਕੈਦੀ ਹੋਏ ਹੁੰਦੇ ਕੋਲੇ ਆ ਜਾਂਦੇ ਆ, ਬਾਕੀ ਦੇ ਸ਼ਿਕਾਰੀਆਂ ਨੂੰ ਬਾਕੀ ਦੇ ਬਾਜਾਂ ਨੂੰ ਵੀ ਕੈਦ ਕਰਾ ਦਿੰਦੇ ਆ। ਇਸੇ ਪ੍ਰਕਾਰ ਸਰਦਾਰ ਜਿਹੜੇ ਹੁੰਦੇ ਹਨ ਉਹ ਆਪ ਕੁਸ਼ਾਮਤੀ ਹੁੰਦੇ ਹਨ, ਆਪ ਝੋਲੀ ਚੁੱਕ ਹੁੰਦੇ ਆ ਤੇ ਲੋਕਾਂ ਨੂੰ ਵੀ ਜਿਹੜੇ ਵਿਚਾਰੇ ਕਿਸੇ ਦੇ ਡਿੱਕੇ ਨਹੀਂ ਆਉਣ ਵਾਲੇ ਉਹਨਾਂ ਨੂੰ ਵੀ ਝੋਲੀ ਚੁੱਕ ਬਣਾ ਲੈਂਦੇ ਆ। ਇਹੀ ਜੀ ਹਾਲਤ ਹੈ ਮਹਾਰਾਜ ਸਾਹਿਬ ਕਹਿੰਦੇ ਇਹ ਜਵਾਨੇ ਦੀ, ਪੜ੍ਹੇ ਪੜ੍ਹੇ ਲਿਖੇ ਇਹ ਜੇ ਸਮਝੋ ਪੜ੍ਹਿਆਂ ਦੀ ਇਹ ਹਾਲਤ ਹੈ। ਫਿਰ ਪੜ੍ਹੋ ਹਰਨਾ ਬਾਜਾਂ ਤੈ ਸਿੱਖਦਾਰ, ਜਿਵੇਂ ਹਰਨ ਜਾਤ ਭਾਈਆਂ ਨੂੰ ਫਸਾ ਦਿੰਦੇ ਹੈ, ਜਿਵੇਂ ਬਾਜ ਆਪਣੇ ਜਾਤ ਭਾਈਆਂ ਨੂੰ ਫਸਾ ਦਿੰਦੇ ਹੈ, ਜਿਵੇਂ ਸਿੱਖਦਾਰ ਥਾਣੇਦਾਰ ਜਾਂ ਸਰਦਾਰ ਇਹ ਵੀ ਜਾਤ ਭਾਈਆਂ ਨੂੰ ਫਸਾ ਦਿੰਦੇ ਹਨ। ਇਹਨਾਂ ਪੜ੍ਹਿਆ ਨਾ, ਇਹਨਾਂ ਦਾ ਨਾਂ ਪੜ੍ਹਿਆ ਕਹੀ ਨਾ ਵੀ ਪੜ੍ਹੇ ਹੋਏ ਹੈ, ਇਹ ਸਿਖਾਏ ਹੋਏ ਹੈ ਵੀ ਜਿਸ ਪਾਸੇ ਆਪ ਫਸੇ ਹੈ ਕੈਦੀ ਹੋਏ ਹੈ ਉਹ ਜੇ ਕੁਸ਼ਾਮਤੀ ਆਜ਼ਾਦਾਂ ਨੂੰ ਵੀ ਕਰਦੇ ਹਨ। ਫਾਂਦੀ ਲੱਗੀ ਜਾਤ ਫਹਾਏ, ਜਿੱਥੇ ਫਾਹੀ ਲੱਗੀ ਹੋਈ ਹੋਵੇ ਉੱਥੇ ਜਾਤ ਭਾਈਆਂ ਨੂੰ ਨਾਲ ਫਸਾ ਦਿੰਦੇ ਆ ਜਾ ਕੇ। ਅੱਗੇ ਨਾਹੀਂ ਇਹੋ ਜਿਹੇ ਜਿਹੜੇ ਲੋਕ ਆਪ ਕੈਦੀ ਹੈ ਹੋਰਨਾਂ ਨੂੰ ਕੁਸ਼ਾਮਤ ਚ ਕੈਦ ਕਰਾਉਂਦੇ ਹੈ, ਉਹਨਾਂ ਦਰਗਾਹ ਚ ਨਹੀਂ ਥਾਂ ਆਸਰਾ ਨਹੀਂ ਮਿਲੇਗਾ ਟਿਕਾਣੇ ਵਾਸਤੇ, ਉਹਨਾਂ ਦੀ ਨਰਾਦਰੀ ਹੋਵੇਗੀ ਇਸੇ ਪੁਰਖਾਂ ਦੀ। ਸੋ ਪੜ੍ਹਿਆ ਸੋ ਪੰਡਿਤ ਬੀਨਾ, ਸਤਿਗੁਰੂ ਜੀ ਪੜ੍ਹਿਆ ਹੋਇਆ ਕੌਣ ਹੁੰਦਾ ਹੈ, ਤਾਂ ਗੁਰੂ ਮਹਾਰਾਜ ਸਾਹਿਬ ਕਹਿੰਦੇ ਹਨ ਭਾਈ ਪੜ੍ਹਿਆ ਹੋਇਆ ਗੁਰਮਤ ਅਨੁਸਾਰ ਉਹ ਹੈ ਤੇ ਬੀਨਾ ਚਤੁਰ ਵੀ ਉਹ ਹੈ, ਜਿੰਨੀ ਕਮਾਉਣਾ ਨਾ ਜਿੰਨਾ ਪੁਰਖਾਂ ਨੂੰ ਮਹਾਰਾਜ ਦੇ ਨਾਮ ਨੂੰ ਕਮਾਉਣਾ ਕੀਤਾ ਉਹਨੂੰ ਵਿਦਵਾਨ ਸਮਝੋ, ਉਹੀ ਚਤੁਰ ਸਮਝੋ ਚਰਚਾ ਵਾਰਤਾ ਗੱਲਬਾਤ ਵਿੱਚ। ਬੀਨਾ ਨਾਂ ਚਤੁਰ ਦਾ ਹੈ, ਬੀਨਾ ਨਾਂ ਦੇਖਣ ਦਾ ਹੁੰਦਾ, ਜਿਹੜਾ ਸਾਰਿਆਂ ਨੂੰ ਵੇਖ ਕੇ ਹਾਜ਼ਰ ਜਵਾਬੀ ਹੋਵੇ ਉਹ ਚਤੁਰ ਹੁੰਦਾ ਹੈ। ਜਿੰਨੀ ਕਮਾਉਣਾ ਨਾ ਜਿਨ੍ਹਾਂ ਨੂੰ ਮਹਾਰਾਜ ਦੇ ਨਾਮ ਨੂੰ ਕਮਾਉਣਾ ਕੀਤਾ ਹੈ, ਪਹਿਲੋਂ ਦੇ ਜੜ ਅੰਦਰ ਜੰਮੇ, ਪਹਿਲਾਂ ਬੀਜ ਬੀਜੇ ਤੋਂ ਜੇ ਜੜ ਧਰਤੀ ਦੇ ਅੰਦਰ ਜੰਮ ਪਵੇ ਤਾਂ ਉੱਪਰ ਹੋਵੇ ਛਾਂ, ਫਿਰ ਉਹਦੇ ਚੋਂ ਅੰਕੁਰ ਪੈਦਾ ਹੁੰਦਾ, ਅੰਕੁਰ ਹੋਣ ਤੋਂ ਬਾਅਦ ਫਿਰ ਪੱਤੇ ਨਿਕਲਦੇ ਆ, ਫਿਰ ਡਾਹਣੀਆਂ ਹੁੰਦੀਆਂ, ਫਿਰ ਡਾਹਣੀਆਂ ਤੋਂ ਫਿਰ ਡਾਹਣੇ ਹੁੰਦੇ ਆ, ਮੂਲ ਹੁੰਦਾ ਹੈ ਤੇ ਫਿਰ ਬਿਰਛ ਦੇ ਪੱਤਿਆਂ ਦੀ ਫਲ ਲੱਗਦੇ ਆ, ਫੁੱਲ ਲੱਗਦੇ ਆ, ਫਿਰ ਉੱਤੇ ਛਾ ਜਾਂਦਾ, ਬਿਰਛ ਫੈਲ ਜਾਂਦਾ ਹੈ, ਫਿਰ ਉਸ ਬਿਰਛ ਦੀ ਛਾਂ ਹੋ ਜਾਂਦੀ ਹੈ। ਇਸੇ ਪ੍ਰਕਾਰ ਪਹਿਲੋਂ ਦੇ ਜੜ ਅੰਦਰ ਜੰਮੇ, ਪਹਿਲਾਂ ਗੁਰੂ ਸਾਹਿਬ ਦੇ ਉਪਦੇਸ਼ ਰੂਪੀ ਬੀਜ ਨਾਲ ਸਰਦਾ ਰੂਪੀ ਜੜ ਇਹ ਬੁੱਧ ਰੂਪੀ ਧਰਤੀ ਦੇ ਅੰਦਰ ਜੇ ਜੰਮ ਪਵੇ, ਹਰੀ ਹੋ ਜਾਵੇ ਸਰਦਾ ਮਹਾਰਾਜ ਦੀ, ਤਾਂ ਉੱਪਰ ਹੋਵੇ ਛਾਂ, ਤੇ ਸਤ ਸੰਤੋਖ ਦੇ ਪੱਤਰੇ ਨਿਕਲਦੇ ਹਨ, ਤੇ ਕਰਣਾ ਮੈਤਰੀ ਮੁੱਤਾ ਅਪੇਖਿਆ ਦੀਆਂ ਡਾਹਣੀਆਂ ਨਿਕਲਦੀਆਂ ਹਨ, ਤੇ ਫਿਰ ਸੁਗੁਣਾਂ ਦੇ ਫੁੱਲ ਲੱਗਦੇ ਹਨ, ਤੇ ਫਿਰ ਬ੍ਰਹਮ ਗਿਆਨ ਰੂਪੀ ਫਲ ਲੱਗਦੇ ਹੈ। ਇਸ ਪ੍ਰਕਾਰ ਸ਼ਾਂਤੀ ਰੂਪ ਛਾਂ ਉਹਦੇ ਕੋਲੇ ਗਿਆ, ਸਾਰਿਆਂ ਦੇ ਉੱਪਰ ਉਹਦੀ ਛਾਂ ਪੈ ਜਾਂਦੀ ਹੈ, ਸਾਰਿਆਂ ਦੇ ਉੱਤੇ ਉਹਦਾ ਅਸਰ ਪੈ ਜਾਂਦਾ ਹੈ। ਜਿਹਦੇ ਪਹਿਲਾਂ ਸਰਦਾ ਦੀ ਜੜ ਅੰਦਰ ਜੰਮੀ ਹੋਈ ਹੋਵੇ ਉਹਦਾ ਸਾਰਿਆਂ ਤੇ ਛਾਇਆ ਪੈ ਜਾਂਦਾ ਹੈ, ਇਹ ਉਹਨਾਂ ਨੇ ਕਮਾਈ ਕੀਤੀ ਹੁੰਦੀ ਹੈ, ਇਸ ਕਰਕੇ ਉਹਨਾਂ ਦਾ ਅਸਰ ਪੈਂਦਾ ਹੈ। ਜਿਨ੍ਹਾਂ ਨੇ ਆਪ ਨਹੀਂ ਕਮਾਇਆ ਉਹਨਾਂ ਦਾ
ਅਸਰ ਕਿਸੇ ਤੇ ਕੀ ਪੈਣਾ, ਆਪਣੇ ਮਨ ਤੇ ਹੀ ਨਹੀਂ ਜਿਹਨਾਂ ਦਾ ਅਸਰ ਪਿਆ ਹੋਇਆ, ਤਾਂ ਉਹਨਾਂ ਦਾ ਛਾਇਆ ਪ੍ਰਤਾਪ ਨਹੀਂ ਕਿਸੇ ਦੇ ਉੱਪਰ ਹੋ ਸਕਦਾ।